ਜਿਹੜੀ ਕਾਂਗਰਸ ਦੀ ਮਾਨਸਿਕਤਾ ਉਹਨਾਂ ਨੇ ਨਾਗਰਾ ਸਾਹਿਬ ਨੂੰ ਜਿਹੜੇ MLA ਆ ਉਹਨਾਂ ਨੂੰ ਖੜਾ ਕਰਿਆ, ਔਰ ਉਹਨਾਂ ਨੇ ਖੜਾ ਹੁੰਦੇ ਹੀ ਸਿੱਧਾ ਇਹਨੀ ਮੇਰੇ 'ਤੇ ਬੀਇੰਗ ਬ੍ਰਾਹਮਣ ਬੀਇੰਗ ਹਿੰਦੂ ਉਹਨਾਂ ਨੇ ਅਟੈਕ ਕਰਿਆ ਵੀ ਇਹ ਤਾਂ ਪੰਡਤਾਂ ਕਰਕੇ ਸਾਰਾ ਕੁਛ ਹੋ ਰਿਹਾ। ਜਦਕਿ ਉਹਨਾਂ ਨੂੰ ਇਹ ਨਹੀਂ ਪਤਾ ਵੀ ਜੇ ਜਿਹੜੇ ਸਾਡੇ ਗੁਰੂ ਵੀ ਆ ਸਿੱਖ ਧਰਮ ਆ ਉਹਨਾਂ ਨੇ ਵੀ ਸਾਰੇ ਧਰਮਾਂ ਦਾ ਸਤਿਕਾਰ ਕਰਿਆ। ਜਦੋਂ ਮੈਂ ਉਹਨੂੰ ਉਹਦਾ ਜਵਾਬ ਦਿੱਤਾ, ਮੈਨੂੰ ਕਹਿਣ ਲੱਗਾ ਤੇਰੀ ਇਨਕੁਆਇਰੀ ਕਰਵਾ ਦੇਊਂਗਾ, ਸੋ 500 ਇਨਕੁਆਇਰੀਆਂ ਕਰਵਾ ਲੈਣ। ਮੈਂ ਕਦੇ ਨਾ ਇਨਕੁਆਇਰੀ ਤੋਂ ਡਰਿਆ, ਨਾ ਕਦੇ ਪਰਚਿਆਂ ਤੋਂ ਡਰਿਆ। ਕਾਂਗਰਸ ਦੀ ਇੱਕ ਚਾਲ ਰਹੀ ਹੈ ਸਦਾ, ਇਹ ਆਪਸ 'ਚ ਲੜਾ ਕੇ ਜਿਹੜੀ ਰਾਜਨੀਤੀ ਕਰਦੇ ਰਹੇ ਹਾਂ, ਚਾਹੇ 1984 'ਚ ਕਤਲੇਆਮ ਹੋਇਆ, ਚਾਹੇ ਸ੍ਰੀ ਹਰਿਮੰਦਰ ਸਾਹਿਬ 'ਤੇ ਅਟੈਕ ਹੋਇਆ। ਵਿਧਾਨ ਸਭਾ ਦੇ ਵਿੱਚ ਅਕਸਰ ਤੂਤੂ ਮੈਂ ਹੁੰਦੀ ਹੈ ਅਤੇ ਤੂਤੂ ਮੈਂ ਪਰਸਨਲ ਅਟੈਕ ਦੇ ਉੱਤੇ ਪਹੁੰਚ ਜਾਂਦੀ। ਅੱਜ ਵੀ ਕੁਝ ਇਸ ਤਰ੍ਹਾਂ ਹੀ ਦੇਖਣ ਨੂੰ ਮਿਲਿਆ ਕਿ ਜਦੋਂ ਕੁਲਜੀਤ ਸਿੰਘ ਨਾਗਰਾ ਅਤੇ NK ਸ਼ਰਮਾ ਦੇ ਵਿਚਾਲੇ ਕਾਫੀ ਜ਼ੋਰਦਾਰ ਬਹਿਸ ਹੋ ਰਹੀ ਸੀ, ਇਹ ਬਹਿਸ ਕਿਉਂ ਹੋਈ? ਖੁਦ ਇਸ ਬਾਰੇ ਗੱਲ ਕਰਨ ਲਈ ਸਾਡੇ ਨਾਲ NK ਸ਼ਰਮਾ ਜੀ। ਸ਼ਰਮਾ ਜੀ, ਤੁਹਾਡੀ ਅਤੇ ਨਾਗਰਾ ਦੇ ਵਿੱਚ ਕਿਸ ਗੱਲ ਨੂੰ ਲੈ ਕੇ ਸਭ ਤੋਂ ਪਹਿਲਾਂ ਬਹਿਸ ਹੋਈ, ਉਹ ਪਹਿਲਾਂ ਪੁੱਛਣਾ ਜੀ। ਬੜਾ ਅਹਿਮ ਜਿਹੜਾ ਮਸਲਾ ਸੀਗਾ ਵੀ ਜਿਹੜੇ ਗਰੀਬ ਲੋਕ ਆ, ਸ਼ਰੀਫ ਲੋਕ ਆ, ਜਾਂ ਅੱਜ ਕੱਲ੍ਹ ਵਹਿਮਾਂ ਧਰਮਾਂ ਭਰਮਾਂ 'ਚ ਫਸ ਕੇ ਜਿਹੜੇ ਗਲਤ ਲੋਕਾਂ ਦੇ ਧੱਕੇ ਚੜ ਜਾਂਦੇ ਆ, ਫਿਰ ਉਹਨਾਂ ਦਾ ਬਹੁਤ ਸਾਰਾ ਸ਼ੋਸ਼ਣ ਹੁੰਦਾ ਵੀ ਉਹਨਾਂ ਦੇ ਖਿਲਾਫ਼ ਰੈਜੂਲੇਸ਼ਨ ਪਾਸ ਕਰਕੇ ਕੋਈ ਨਾ ਕੋਈ ਕਾਨੂੰਨ ਬਣਾਇਆ ਜਾਏ ਤਾਂ ਕਿ ਰੇਡੀਓ, TV ਜਾਂ ਹੋਰ ਉਹਨਾਂ 'ਤੇ ਧਾਰਮਿਕ ਤੌਰ 'ਤੇ ਐਡਾਂ ਜਿਹੜੀ ਦੇ ਕੇ ਲੋਕਾਂ ਨੂੰ ਫਸਾਇਆ ਜਾ ਰਿਹਾ, ਉਹਨਾਂ ਨੂੰ ਉਸਾਂ ਤੋਂ ਬਚਾ ਕੇ ਰੱਖਿਆ ਜਾ ਸਕੇ। ਪਰ ਜਿਹੜੀ ਕਾਂਗਰਸ ਦੀ ਮਾਨਸਿਕਤਾ ਉਹਨਾਂ ਨੇ ਨਾਗਰਾ ਸਾਹਿਬ ਨੂੰ ਜਿਹੜੇ MLA ਆ ਉਹਨਾਂ ਨੂੰ ਖੜਾ ਕਰਿਆ, ਔਰ ਉਹਨਾਂ ਨੇ ਖੜਾ ਹੁੰਦੇ ਹੀ ਸਿੱਧਾ ਇਹਨੀ ਮੇਰੇ 'ਤੇ ਬੀਇੰਗ ਬ੍ਰਾਹਮਣ ਬੀਇੰਗ ਹਿੰਦੂ ਉਹਨਾਂ ਨੇ ਅਟੈਕ ਕਰਿਆ ਵੀ ਇਹ ਤਾਂ ਪੰਡਤਾਂ ਕਰਕੇ ਸਾਰਾ ਕੁਛ ਹੋ ਰਿਹਾ, ਸ਼ਰਮਾ ਜੀ ਦੇ ਹੱਥ 'ਤੇ ਪਰਾਂਦਾ ਬੰਨਿਆ ਵਾ, ਇਹ ਹਿੰਦੂ ਧਰਮ ਆ। ਜਦਕਿ ਉਹਨਾਂ ਨੂੰ ਇਹ ਨਹੀਂ ਪਤਾ ਵੀ ਜੇ ਜਿਹੜੇ ਸਾਡੇ ਗੁਰੂ ਵੀ ਆ ਸਿੱਖ ਧਰਮ ਆ ਉਹਨਾਂ ਨੇ ਵੀ ਸਾਰੇ ਧਰਮਾਂ ਦਾ ਸਤਿਕਾਰ ਕਰਿਆ, ਕਿਸੇ ਧਰਮ ਨੂੰ ਕ੍ਰਿਟੀਸਾਈਜ਼ ਨਹੀਂ ਕਰਿਆ। ਹਰ ਧਰਮ 'ਚ ਚੰਗੇ ਬੰਦੇ ਵੀ ਹੁੰਦੇ ਆ, ਮਾੜੇ ਬੰਦੇ ਵੀ ਹੁੰਦੇ ਆ। ਤੁਸੀਂ ਸਿਰਫ ਕਾਸਟ ਕਰਕੇ ਵੀ ਇਹ ਹਿੰਦੂ ਆ ਇਹਦੇ 'ਤੇ ਅਟੈਕ ਕਰੋ ਜਾਂ ਇਹ ਬ੍ਰਾਹਮਣ ਆ ਇਹਦੀ ਕਾਸਟ 'ਤੇ ਅਟੈਕ ਕਰੋ, ਮੈਂ ਸਮਝਦਾ ਇਸ ਤੋਂ ਮਾੜੀ ਗੱਲ ਜਿਹੜੀ ਕੋਈ ਨਹੀਂ ਹੋ ਸਕਦੀ। ਜਦੋਂ ਮੈਂ ਉਹਨੂੰ ਉਹਦਾ ਜਵਾਬ ਦਿੱਤਾ, ਮੈਨੂੰ ਕਹਿਣ ਲੱਗਾ ਤੇਰੀ ਇਨਕੁਆਇਰੀ ਕਰਵਾ ਦੇਊਂਗਾ, ਸੋ 500 ਇਨਕੁਆਇਰੀਆਂ ਕਰਵਾ ਲੈਣ। ਮੈਂ ਕਦੇ ਨਾ ਇਨਕੁਆਇਰੀ ਤੋਂ ਡਰਿਆ, ਨਾ ਕਦੇ ਪਰਚਿਆਂ ਤੋਂ ਡਰਿਆ, ਨਾ ਕਿਸੇ ਚੀਜ਼ ਤੋਂ ਡਰਿਆ। ਸਾਡੀ ਤਾਂ ਖੁੱਲ੍ਹੀ ਕਿਤਾਬ ਆ, ਸਭ ਜਾਣਦੇ ਹਾਂ ਜੋ ਮੇਰਾ ਕਰੈਕਟਰ ਆ। ਜੇ ਮੇਰਾ ਚੰਗਾ ਕਰੈਕਟਰ ਸੀਗਾ ਤਾਂ ਹੀ ਲੋਕਾਂ ਨੇ ਮੈਨੂੰ 5-6 ਵਾਰੀ ਲਗਾਤਾਰ MLA ਬਣਾਇਆ, ਪਰਮਾਤਮਾ ਦੀ ਕਿਰਪਾ ਹੈਗੀ। ਕੁਲਜੀਤ ਨਾਗਰਾ ਨੇ ਮੰਗ ਕੀਤੀ ਕਿ ਤੁਹਾਡੀ ਅਤੇ ਉਹਨਾਂ ਦੀ ਪਰਿਵਾਰਾਂ ਦੀ ਪ੍ਰੋਪਰਟੀ ਦੀ ਜਾਂਚ ਹੋਣੀ ਚਾਹੀਦੀ ਹੈ ਪਿਛਲੇ 12 ਸਾਲ ਹੋ ਜਾਏ। ਆਪਾਂ ਨੂੰ ਕੋਈ ਉਹਦਾ ਇਤਰਾਜ਼ ਨਹੀਂ, ਮੈਂ ਸਪੀਕਰ ਸਾਹਿਬ ਨੂੰ ਕਿਹਾ ਸੀਗਾ ਮੇਰੀ ਵੀ ਕਰਵਾ ਦਿਓ, ਉਹਨਾਂ ਦੀ ਵੀ ਕਰਵਾ ਦਿਓ, ਸਾਨੂੰ ਕੋਈ ਇਤਰਾਜ਼ ਨਹੀਂ। ਪਰਮਾਤਮਾ ਜਾਣਦਾ ਹੈਗਾ ਜ਼ਿੰਦਗੀ 'ਚ ਕਦੇ ਨਾ 1 ਰੁਪਈਏ ਦਾ ਲਾਲਚ ਕਰਿਆ, ਨਾ ਕਰਾਂਗੇ। ਮੈਨੂੰ ਪਤਾ ਹੈ ਕਿਹੋ ਜਿਹੀ ਪੋਲੀਟਿਕਸ ਕਰਦੇ ਹਾਂ, ਕਮਾਈ ਕਰਨ ਵਾਸਤੇ ਰਾਜਨੀਤੀ 'ਚ ਆਏ ਹਾਂ, ਮੈਂ ਸੇਵਾ ਕਰਨ ਵਾਸਤੇ ਆਏ ਹਾਂ। ਇਸੇ ਕਰਕੇ ਮੈਨੂੰ ਵਾਰ ਵਾਰ ਸੇਵਾ ਮਿਲੀ ਆ। ਮੈਂ 1997 ਤੋਂ ਲੈ ਕੇ ਅੱਜ ਤੱਕ ਇਲੈਕਸ਼ਨ ਲੜਦਾ ਵੀ ਰਿਹਾ ਔਰ ਜਿੱਤਦਾ ਵੀ ਰਿਹਾ। ਤੁਹਾਡੇ ਥਰੂ ਪਰਮਾਤਮਾ ਦੀ ਕਿਰਪਾ, ਉਹ ਤੁਹਾਡੇ ਥਰੂ ਸਿੱਧੇ ਤੌਰ ਤੇ ਸੁਖਬੀਰ ਬਾਦਲ ਤੇ ਵੀ ਨਿਸ਼ਾਨਾ ਸਾਧ ਰਹੇ ਸੀ ਕਿ ਜਿਹੜੀ ਸੁਖਬੀਰ ਬਾਦਲ ਤੇ ਨਹੀਂ ਜੀ, ਕਾਂਗਰਸ ਦੀ ਇੱਕ ਚਾਲ ਰਹੀ ਹੈ ਸਦਾ, ਇਹ ਆਪਸ 'ਚ ਲੜਾ ਕੇ ਜਿਹੜੀ ਰਾਜਨੀਤੀ ਕਰਦੇ ਰਹੇ ਹਾਂ, ਚਾਹੇ 1984 'ਚ ਕਤਲੇਆਮ ਹੋਇਆ, ਚਾਹੇ ਸ੍ਰੀ ਹਰਿਮੰਦਰ ਸਾਹਿਬ 'ਤੇ ਅਟੈਕ ਹੋਇਆ। ਉਸ ਟਾਈਮ ਵੀ ਉਹਨਾਂ ਦੀ ਸੋਚ ਸੀਗੀ ਵੀ ਹਿੰਦੂ ਧਰਮ, ਹਿੰਦੂ ਅਤੇ ਸਿੱਖਾਂ ਨੂੰ ਆਪਸ 'ਚ ਲੜਾ ਦਿਓ। ਇਹਨਾਂ ਨੇ 15 ਸਾਲ ਰਾਜ ਕਰਿਆ ਅਤੇ ਪੰਜਾਬ ਨੇ ਅਸ਼ਾਂਤੀ ਭੋਗੀ। ਸੇਮ ਹਾਲਾਤ ਅੱਜ ਵੀ ਪੰਜਾਬ 'ਚ ਉਹ ਪੈਦਾ ਕਰਨਾ ਚਾਹੁੰਦੇ ਆ। ਪਹਿਲਾਂ ਤਾਂ ਫੂਲਕਾ ਸਾਹਿਬ ਨੂੰ ਬੁਲਾ ਕੇ ਉਹਨਾਂ ਨੇ ਅੱਜ SGPC ਵਾਲੀ ਗੱਲ ਜਿਹੜੀ ਕਰਵਾਈ, ਜਦਕਿ ਉਹ ਰਿਜ਼ਾਈਨਡ ਇੱਕ MLA ਜਦੋਂ ਰਿਜ਼ਾਈਨ ਦੇ ਜਾਂਦਾ ਹੈਗਾ ਅਤੇ ਫਿਰ ਵਿਧਾਨ ਸਭਾ 'ਚ ਕਿਸ ਤਰ੍ਹਾਂ ਬੈਠ ਸਕਦਾ? ਇਹ ਕਾਂਗਰਸ ਦੀ ਮਿਲੀ ਭੁੱਖ ਸੀਗੀ। ਪਹਿਲਾਂ ਤਾਂ ਸਿੱਖ ਧਰਮ ਵਾਲੀ ਗੱਲ ਉਹਨਾਂ ਨੇ ਕੀਤੀ, ਫਿਰ ਮੇਰੇ 'ਤੇ ਸਪੈਸ਼ਲ ਤੌਰ 'ਤੇ ਕਾਂਗਰਸ ਨੇ ਬੀਇੰਗ ਹਿੰਦੂ ਅਟੈਕ ਕਰਵਾ ਕੇ ਇਹ ਕੋਸ਼ਿਸ਼ ਕਰੀ ਵੀ ਹਿੰਦੂ ਅਤੇ ਸਿੱਖਾਂ ਨੂੰ ਆਪਸ 'ਚ ਲੜਾਓ ਅਤੇ ਇਹਨਾਂ ਦਾ ਕੰਮ ਜਿਹੜਾ ਸੂਤ ਆ ਜਾਏ। ਪੰਜਾਬ ਦੇ ਲੋਕ ਚੰਗੀ ਤਰ੍ਹਾਂ ਸਮਝਦੇ ਆ ਚੰਗੇ ਅਤੇ ਮਾੜੇ ਦਾ, ਇਹਨਾਂ ਦੀ ਮਾਨਸਿਕਤਾ ਹੈਗੀ, ਹੋਰ ਕੁਛ ਨਹੀਂ। ਸ਼ਰਮਾ ਜੀ, ਤੁਸੀਂ ਤਿਆਰ ਹੋ ਕਿ ਜਿਹੜੀ ਜਾਂਚ ਦੇ ਹੁਕਮ ਹੁਣ ਕਹਿ ਦਿੱਤਾ ਗਿਆ ਸਪੀਕਰ ਸਾਹਿਬ ਵੱਲੋਂ ਕਿ ਇਹਦੀ ਜਾਂਚ ਹੋਣੀ ਚਾਹੀਦੀ, ਤੁਸੀਂ ਤਿਆਰ? ਸਦਾ ਹੀ ਤਿਆਰ ਰਿਹਾ, ਮੈਂ ਤਾਂ ਕਦੇ ਜਵਾਬ ਨਹੀਂ ਦਿਆ। ਇਹ ਸਰਕਾਰ ਆ, ਇਹਨਾਂ ਦੀ 100 ਵਾਰੀ ਜਾਂਚ ਕਰੇ। ਅਸੀਂ ਤਾਂ ਕਹਿ ਰਹੇ ਹਾਂ ਵੀ ਸਾਰੇ 117 ਵਿਧਾਇਕਾਂ ਦੀ ਉਹ ਜਾਂਚ ਕਰ ਲੈਣ, ਨਾਲੇ ਚੰਗਾ ਪਤਾ ਲੱਗ ਜੂਗਾ ਵੀ ਇਹ ਕਿੰਨੀਆਂ ਠੱਗੀਆਂ ਮਾਰਦੇ ਆ। ਤਾਂ ਵਿਧਾਇਕਾਂ ਤੋਂ ਸਾਰਾ ਬਿਊਰਾ ਤਾਂ ਮੰਗਿਆ ਗਿਆ, ਲੇਕਿਨ ਸਾਰਿਆਂ ਨੂੰ ਅਸੀਂ ਤਾਂ ਜਦੋਂ ਫਾਰਮ ਭਰਦੇ ਹਾਂ ਤਾਂ ਵੀ ਬਿਊਰਾ ਦਿੰਦੇ ਆ। ਮੇਰੇ ਖਿਆਲ ਸਭ ਤੋਂ ਪਹਿਲਾਂ ਮੇਰਾ ਹੀ ਬਿਊਰਾ ਆਊਗਾ ਇੱਥੇ। ਤੁਸੀਂ ਅਗਰ ਬਾਈ ਚਾਂਸ ਅਗਰ ਤੁਹਾਡੀ ਪ੍ਰੋਪਰਟੀ ਜ਼ਿਆਦਾ ਨਿਕਲਦੀ ਹੈ ਜਾਂਚ ਦੇ ਵਿੱਚ, ਕੀ ਤੁਸੀਂ ਸਜ਼ਾ ਭੁਗਤਣ ਨੂੰ ਤਿਆਰ? ਪਰਮਾਤਮਾ ਜਾਣਦਾ, ਸਭ ਨੂੰ ਪਤਾ ਕਾਨੂੰਨ ਆ ਸਾਰਿਆਂ ਵਾਸਤੇ। ਹਰ ਸਾਲ ਰਿਟਰਨਾਂ ਭਰੀ ਜਾਂਦੀਆਂ, ਸਕਰੂਟਨੀ ਹੁੰਦੀ ਆ। ਕੋਈ ਐਂ ਥੋੜ੍ਹੀ ਆ ਵੀ ਵੱਧ 500 ਵਾਰੀ ਜਾਂਚ ਕਰਵਾ ਲੈਣ। ਬਾਦਲ ਸਾਹਿਬ ਦੀ ਵੀ ਜਾਂਚ ਕਰਵਾਈ ਤੀ, ਸੁਖਬੀਰ ਜੀ ਦੀ ਵੀ ਜਾਂਚ ਕਰਵਾਈ ਤੀ, ਰਿਪੋਰਟਾਂ ਵੀ ਕੋਰਟ 'ਚ ਗਈਆਂ ਸੀਗੀਆਂ, ਕਿਆ ਕੱਢਿਆ ਇਹਨਾਂ ਨੇ। ਸੋ ਮੇਰੇ ਕਰੈਕਟਰ ਦਾ ਮੇਰੇ ਹਲਕੇ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ, ਤਾਂ ਹੀ ਮੈਂ ਵਾਰ ਵਾਰ ਵਿਧਾਇਕ ਬਣਿਆ ਹੈਗਾ। ਇਹ ਪਰਮਾਤਮਾ ਦੀ ਕਿਰਪਾ ਆ, ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਆ ਮੇਰੇ 'ਤੇ। ਇਹ ਸਿਰਫ ਇੱਕ ਸਿੰਗਲ ਬੰਦੇ ਨੂੰ ਕਾਸਟ ਜਾਂ ਧਰਮ ਦੇ ਨਾਂ 'ਤੇ ਟਾਰਗੇਟ ਕਰਨਾ, ਮੈਂ ਸਮਝਦਾ ਇਸ ਤੋਂ ਮਾੜੀ ਗੱਲ ਕੋਈ ਵੀ ਨਹੀਂ ਹੋ ਸਕਦੀ ਕਾਂਗਰਸ 'ਤੇ।
ਧੰਨਵਾਦ। ਬਿਲਕੁਲ ਇਹ ਸੀਗੇ ਐਨ ਕੇ ਸ਼ਰਮਾ ਜਿਨ੍ਹਾਂ ਨੇ ਅੱਜ ਸਿੱਧੇ ਤੌਰ 'ਤੇ ਕਹਿ ਦਿੱਤਾ ਹੈ ਕਿ ਉਹ ਕਿਸੇ ਵੀ ਜਾਂਚ ਤੋਂ ਨਹੀਂ ਭੱਜਦੇ, ਹਰ ਜਾਂਚ ਦੇ ਵਿੱਚ ਸਹਿਯੋਗ ਕਰਨਗੇ, ਕੋਈ ਮਰਜ਼ੀ ਜਾਂਚ ਕਰਵਾ ਲਈ ਦਿੱਤੀ ਜਾਏ। ਇੱਥੇ ਤੱਕ ਕਿ ਇਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਅਗਰ ਇਹਨਾਂ ਦੀ ਪ੍ਰੋਪਰਟੀ ਜ਼ਿਆਦਾ ਨਿਕਲਦੀ ਹੈ ਤਾਂ ਜੋ ਸਜ਼ਾ ਜਾਂ ਜੋ ਇਹਨਾਂ ਦੇ ਉੱਤੇ ਕਾਰਵਾਈ ਹੋਣੀ ਹੈ ਉਹ ਹੋ ਸਕਦੀ ਹੈ। ਸਿੱਧੇ ਤੌਰ 'ਤੇ ਇਹਨਾਂ ਨੇ ਜਿਹੜਾ ਸਾਰਾ ਹੁਣ ਰਸਤਾ ਉਹ ਆਮ ਜਨਤਾ ਦੇ ਉੱਤੇ ਪਾ ਦਿੱਤਾ, ਕਿਉਂਕਿ ਇਹਨਾਂ ਵੱਲੋਂ ਸਾਫ਼ ਕਿਹਾ ਗਿਆ ਹੈ ਕਿ ਆਮ ਜਨਤਾ ਨੂੰ ਇਹਨਾਂ 'ਤੇ ਯਕੀਨ ਹੈ। ਇਸੇ ਕਰਕੇ ਅੱਜ ਇਹ ਵਿਧਾਨ ਸਭਾ ਦੇ ਵਿੱਚ ਪਹੁੰਚੇ, ਕੋਈ ਪਹਿਲੀ ਵਾਰ ਨਹੀਂ, ਇਸ ਤੋਂ ਪਹਿਲਾਂ ਵੀ ਇਹਨਾਂ ਵਾਰ ਵਾਰ ਜਿੱਤ ਕੇ ਇੱਥੇ ਪਹੁੰਚੇ। ਇਸੇ ਲਈ ਇਹ ਕੋਈ ਵੀ ਜਾਂਚ ਕਰਵਾਉਣ ਤੋਂ ਨਹੀਂ ਭੱਜਦੇ। ਕੈਮਰਾਮੈਨ ਆਦਿੱਤਿਆ ਗੁਪਤਾ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ ਟੀਵੀ।